बिस्मिल्लाहिर्रहमानिर्रहीम अस्सलाम वालेकुम मेरे यूट्यूब फैमिली भैन भाई वेलकम करती हैं तुहाडा अपने चैनल और ज़्यादा तो ज़्यादा शेयर करना लाइक करना अगर तुसी साडे चैनल ते नए जरूर सबसक्राइब करना बैल दे बटन प्रेस कर लियो ताकि साडी हर आने वाली नई वीडियो की नोटिफिकेशन बर तक पहुँची रहे। हाँ जी, तो शाम तकरीबन 4:30 का टाइम हो गया है तो मैं बना रही हूँ चाय। मजदूर भाई ना भरियाँ इकट्ठिया करते पे ने, कणक वढ़ के रखी आ, भरियाँ इकट्ठी करते पे आ। सुबह ਤ੍ਰੈਸ਼ਰ ਵਾਲੇ ਨੂੰ ਟਾਈਮ ਦਿੱਤਾ ਸੀ ਕਿ ਕਣਕ ਕੱਢ ਦਿਓ, ਸੁਬਹਾ ਦਾ ਬੱਦਲ ਬਹੁਤ ਜ਼ਿਆਦਾ ਆਇਆ ਸੀ, ਠੰਡੀ ਹਵਾ ਚੱਲਦੀ ਪਈ ਸੀ ਅਤੇ ਇਸ ਕਰਕੇ ਭਰੀਆਂ ਇਕੱਠੀਆਂ ਨਹੀਂ ਕਰਵਾਈਆਂ। ਅਤੇ ਹੁਣ ਜਿਹੜੇ ਨਾ 3-4 ਵਜੇ ਦੀ ਧੁੱਪ ਨਿਕਲ ਆਈ ਆ ਅਤੇ ਉਹ ਟਰੈਕਟਰ ਵਾਲੇ ਨੇ ਕਾਲ ਕੀਤੀ ਆ ਕਿ ਤੁਸੀਂ ਭਰੀਆਂ ਇਕੱਠੀਆਂ ਕਰਵਾਓ ਅਤੇ ਮੈਂ ਘੰਟੇ ਡੇਢ ਤੱਕ ਆ ਕੇ ਅਤੇ ਕਰ ਦੂੰਗਾ। ਅਤੇ ਹੁਣ ਮਜ਼ਦੂਰ ਭਰੀਆਂ ਇਕੱਠੀਆਂ ਕਰਦੇ ਆ ਅਤੇ ਮੈਂ ਚਾਹ ਬਣਾ ਕੇ ਦਿੰਦੀ ਹਾਂ ਇੱਕ ਦਫ਼ਾ ਉਹਨਾਂ ਨੂੰ, ਅੱਲਾ ਕਰੇ ਕੰਮ ਨਿਬੜ ਜਾਵੇ। ਮੌਸਮ ਬਹੁਤ ਖਰਾਬ ਹੁੰਦਾ ਪਿਆ ਹੈ ਅਤੇ ਵਾਢੀ ਕੇ ਰੱਖੀ ਕਣਕ ਡੇਢਾ ਤੋਂ ਫਿਰ ਖਰਾਬ ਹੋ ਜਾਂਦੀ ਬਾਰਿਸ਼ ਹੋ ਜਾਵੇ। ਇੱਧਰ ਦੇਖੋ ਇੰਨਾ ਬੱਦਲ ਆਇਆ ਸੀ ਕਾਲਾ ਚਾਹ ਅਤੇ ਹੁਣ ਸ਼ੁਕਰ ਆ ਕਿ ਹਵਾ ਤੇਜ਼ ਚੱਲੀ ਆ ਸੁਬਹਾ ਦੀ ਅਤੇ ਬੱਦਲ ਜਿਹੜਾ ਨਾ ਥੋੜ੍ਹਾ ਥੋੜ੍ਹਾ ਰਹਿ ਗਿਆ ਹੈ। ਧੁੱਪ ਤਾਂ ਥੋੜ੍ਹੀ ਨਿਕਲੀ ਆ ਥੋੜ੍ਹੀ ਥੋੜ੍ਹੀ, ਅਤੇ ਚਲੋ ਅੱਲਾ ਕਰੇ ਕੰਮ ਨਿਬੜ ਜਾਵੇ, ਬਾਰਿਸ਼ ਨਹੀਂ ਹੋਈ ਸ਼ੁਕਰ ਅੱਲਾ ਦਾ। ਚਾਹੇ ਨੂੰ ਉਬਾਲ ਆ ਗਿਆ, ਅੱਛੀ ਤਰ੍ਹਾਂ ਪਕਾ ਲੈਂਦੀ ਹਾਂ, ਭੁਣ ਕੇ ਦੇਖ ਲੈਂਦੀ ਹਾਂ ਅਤੇ ਫਿਰ ਮੈਂ ਬਾਅਦ 'ਚ ਦੂਜਿਆਂ ਨੂੰ ਛੱਡਣ ਲੱਗੀ ਸੀ ਅਤੇ ਮੈਂ ਕਿਹਾ ਚਲੋ ਬੱਚੇ ਆ ਹੀ ਜਾਣ, ਫਿਰ ਮੈਨੂੰ ਡਰ ਹੁੰਦਾ ਕਿ ਉਹਨਾਂ ਦੇ ਨਾ ਕੋਲ ਖੜ੍ਹੇ ਹੋ ਕੇ ਧਿਆਨ ਰੱਖਣਾ ਪੈਂਦਾ ਹੈ ਅਤੇ ਕੋਈ ਬਿੱਲੀ ਕੁੱਤਾ ਨਾ ਆ ਜਾਵੇ। ਇਸ ਕਰਕੇ ਬੱਚੇ ਇਸ ਟਾਈਮ ਸ਼ਾਮ ਦੇ ਟਾਈਮ ਆਉਣ ਨਾ ਟਿਊਸ਼ਨ ਪੜ੍ਹ ਕੇ ਅਤੇ ਫਿਰ ਉਹਨਾਂ ਨੂੰ ਕਹਿੰਦੀ ਹੁੰਦੀ ਹਾਂ ਕਿ ਚੱਲ ਉਹਨਾਂ ਨੂੰ ਬਾਹਰ ਕੱਢੋ, ਉਹਨਾਂ ਨੂੰ ਆਦਤ ਪੈ ਗਈ ਵਿੱਚ ਖੜ੍ਹੇ ਰਹਿੰਦੇ ਆ ਅਤੇ ਦਾਣੇ ਖਾਂਦੇ ਨੇ, ਜਦੋਂ ਬਾਹਰ ਛੱਡੀਏ ਤਾਂ ਫਿਰ ਖੁਸ਼ ਹੋ ਜਾਂਦੇ ਆ। ਇੱਥੇ ਇਕੱਠੀਆਂ ਕਰਦੇ ਪਏ ਨੇ ਅਤੇ ਵਿੱਚ ਹੀ ਸੀ ਇਕੱਠੀਆਂ ਕਰਨੀਆਂ ਅਤੇ ਉਹਨਾਂ ਨੇ ਹਿੰਮਤ ਕੀਤੀ ਦੋ ਜਣੇ ਹੀ ਆ ਅਤੇ ਦੇਖੋ ਇੱਧਰੋਂ ਸਾਰੀਆਂ ਇਕੱਠੀਆਂ ਕਰ ਗਈ, ਉਹ ਥੋੜ੍ਹੀਆਂ ਜਿਹੀ ਰਹਿ ਗਈਆਂ ਪੱਲੀ ਸਾਈਡ 'ਤੇ। ਇੱਧਰ ਫਰਹਾਨ ਦੇ ਪਾਪਾ ਲੈ ਕੇ ਆਏ ਨੇ ਬੋਰੇ ਅਤੇ ਗੱਟੂ, ਬੋਰਿਆਂ ਨੂੰ ਵੀ ਗੱਟੂ ਚਾਹੀਦਾ। ਅੱਛਾ, ਮੰਦੇ ਹਾਲਾਤ ਮੰਦੇ ਹਾਲਾਤ ਅੱਜ ਦਾ ਰੇਟ 375 ਰੁਪਿਆ। ਅੱਛਾ, ਹਾਂਜੀ 375 ਰੁਪਿਆ 10,000 ਤੋਂ। ਹਾਏ ਹਾਏ, 375 ਰੁਪਿਆ ਗੱਟੂ ਨਹੀਂ ਦਿੰਦੇ? ਉਹਨਾਂ ਕਿਹਾ ਵੀ ਭਾਈ ਜ਼ਿਮੀਦਾਰ ਭਰ ਕੇ ਜਿਹੜਾ ਘਰ ਰੱਖ ਲੈਂਦਾ ਅਤੇ ਜੇ ਲੈ ਕੇ ਆਉਣੀ ਮੰਡੀ 'ਚ ਅਤੇ ਜਿੰਨੀ ਲੈ ਕੇ ਆਉਣੀ ਉਹਨੇ ਗੱਡੂ ਲੱਭਣਾ। ਮੈਂ ਕਿਹਾ ਸਾਡੇ ਕੋਲ ਘਰ ਰੱਖਣ ਵਾਸਤੇ ਹੈਗੇ, ਮੈਂ ਕਿਹਾ ਅਸੀਂ ਭਰੋਲਾ ਬਣਾਇਆ। ਹਾਂ ਭੜੋਲਾ ਭਰਾਂਗੇ ਨਾਲ ਆਪਣੇ ਗੱਟੂ ਹੈਗੇ ਸੀ ਅਤੇ ਥੋੜ੍ਹੇ ਸੀ। ਭਰਾਂ ਦੇ ਪਾਪਾ ਕਹਿੰਦੇ ਚੱਲ ਹੋਰ ਲੈ ਆਉਣਾ। ਹਾਲਾਤ ਕਣਕ ਦੇ ਬਹੁਤ ਮੰਦੇ ਹਾਲਾਤ। ਗਰੀਬਾਂ ਵਿਚਾਰਿਆਂ ਨੇ ਉਦੋਂ ਦੀਆਂ ਮਿਹਨਤਾਂ ਕੀਤੀਆਂ ਅਤੇ ਹੁਣ ਮਗਰੋਂ ਥੋੜ੍ਹੀ। ਹਾਂ ਐਦ ਕੀ ਠੇਕੇ ਵਾਲਿਆਂ ਦੇ ਵਿਚਾਰਿਆਂ ਦੇ ਮੰਦੇ ਹਾਲਾਤ ਹਨ। ਸਾਡੇ ਇਸ ਇਲਾਕੇ 'ਚ ਨਾਰਮਲ ਜਿਹੇ ਰੱਖਦੇ ਨੇ, 1,00,000 ਰੁਪਈਆ ਕਿਲੋ ਦਾ ਠੇਕਾ। 1,00,000 ਰੁਪਈਆ ਹਾਂ, ਤਾਂ ਠੇਕੇ ਤਾਂ ਕਰਨਾ ਹੀ ਕਰਨਾ, ਅੱਗੋਂ ਭਾਵੇਂ ਕੁਛ ਬਚੇ ਖਾਣਾ। ਸਿੱਧਾ 3,00,000 ਰੁਪਈਆ ਦਾ ਨੁਕਸਾਨ, 10 ਨੂੰ ਵਿਕਣੀ ਸੀ ਹੁਣ 7,000। ਸਿੱਧਾ 3,00,000 ਰੁਪਈਆ ਇਸ ਤਰ੍ਹਾਂ ਹੀ ਆ। ਇਹਦੇ ਵਿੱਚੋਂ 3,00,000 ਰੁਪਈਏ ਤੋਂ 2,50,000 ਰੁਪਇਆ ਖਰਚਾ, 1,50,000 ਬਚਣਾ ਸੀ। ਹਾਂਜੀ, ਉਹ ਹੁਣ 1,50,000 ਪੱਲਿਓਂ ਪੈ ਜਾਣਾ।
ਮਜ਼ਬੂਰੀ ਨੇ ਕੀ ਕਰਨਾ, ਜ਼ਿਮੀਂਦਾਰ ਜਿਹਨਾਂ ਨੇ ਠੇਕੇ ਦੇਣੇ, ਸਾਡਾ ਚਲੋ ਥੋੜ੍ਹਾ ਬਹੁਤ ਹੈ ਜਿਹੜਾ ਆਪਣਾ, ਅਤੇ ਬਈ ਜਿਹਨਾਂ ਨੇ ਠੇਕੇ ਦੇਣੇ ਉਹ ਠੇਕੇ ਵਾਲੇ ਅਗਲੇ ਹੁਣ ਹੀ ਇਸ ਤਰ੍ਹਾਂ ਹੀ ਕਿ ਮਗਰ ਚੜੇ ਰਹਿੰਦੇ, ਕੁੜੀਆਂ ਕੁਆੜੀਆਂ ਤੇਜ਼ ਕਰਕੇ ਠੇਕੇ ਵਾਲਿਆਂ ਨੂੰ ਭੱਜਣਾ, ਠੇਕੇ ਵਾਲਿਆਂ ਨੂੰ, ਹਾਂਜੀ ਠੇਕੇ ਵਾਲਿਆਂ ਨੂੰ ਭੱਜਣਾ, ਅਤੇ ਉਹ ਕੁੜੀਆਂ ਕੁਆੜੀਆਂ ਤੇਜ਼ ਕਰਕੇ ਅਗਲੇ ਬੈਠੇ ਹੁਣ ਤੀ ਗੱਟੂ ਨਾ ਤੀ ਉਹਨਾਂ ਕੋਲ ਆਪਣੇ ਹੈਂਡ 'ਚ ਤੀ ਲਿਆਉਂਦੇ ਉਹਨਾਂ ਵਾਸਤੇ, ਚਲੋ ਉਹਨਾਂ ਨੂੰ ਦਿੰਦੇ ਆਪਣੇ ਕੋਲ ਜਿਹੜਾ ਪੰਜਾਹ ਸੱਠ ਗੱਟੂ ਹੈ, ਇੱਕ ਵਾਰੀ ਥਰੈਸ਼ਰ ਵਾਲੇ ਦੇ ਮੱਥੇ ਲੱਗਣਾ ਸੀ, ਥਰੈਸ਼ਰ ਵਾਲੇ ਮੱਛਾ ਉਹਨੇ ਉਹਨੇ ਪਹਿਲਾਂ ਪੈਸੇ ਸਫਦਰ ਕੇ ਆਉਣੀ ਹੈ, ਅਤੇ ਉੱਥੇ ਆਇਆ ਨਹੀਂ ਅਜੇ, ਅਸਰ ਦੇ ਅੱਗੇ ਪਿੱਛੇ ਉਹਨੇ ਫੋਨ ਕੀਤਾ ਸੀ ਉਹਨੂੰ, ਤੋਂ ਇਕੱਠੀ ਕਰਦੇ ਨੇ ਪਏ ਉਹਨਾਂ ਦੀ 2 ਕਿੱਲਿਆਂ ਦੀ ਹੈ, ਅਤੇ ਉਹ ਕੱਢ ਕੇ ਅਤੇ ਮਗਰਬ ਤੋਂ ਬਾਅਦ ਫਿਰ ਸਾਡੇ ਚਲੋ ਅੱਛਾ ਅੱਲਾ ਖੈਰ ਕਰੇ। ਅੱਛਾ ਜੀ ਚਾਏ ਬਣਾ ਕੇ ਦੇਸੀ ਦੇਸੀ, ਅਤੇ ਮਜ਼ਦੂਰਾਂ ਨੂੰ ਕਣਕ ਤਾਂ ਇਕੱਠੀ ਹੋ ਗਈ ਆ, ਅਤੇ ਤਰੈਸ਼ਰ ਆਉਂਦੀ ਪਈ ਆ, ਅਤੇ ਉਹਨਾਂ ਨੇ ਸਿਨਿਆਂ ਦਿੱਤਾ ਕਿ ਰੋਟੀ ਦਾ ਇੰਤਜ਼ਾਮ ਕਰੋ, ਹਾਂਜੀ ਹੁਣ ਕਿਆ ਅੱਧੇ ਘੰਟੇ ਤੱਕ ਆਉਂਦੀ ਮਸ਼ੀਨ ਅਤੇ ਰੋਟੀ ਦਾ ਇੰਤਜ਼ਾਮ ਕਰੋ, ਇਦਾਂ ਹੀ ਸੁਬਾਹ ਦੇ ਤੁਰੇ ਹੋਣੇ ਆ ਕਿਤੇ, ਰੋਟੀ ਤੇ ਖਾਣੀ ਆ, ਬਰਤਨ ਵੱਡਾ ਲੈ ਆਉਣਾ ਕਿ ਠੀਕ ਆ, ਇਹ ਠੀਕ ਆ ਬਰਤਨ, ਮੈਂ ਹਾਂ ਠੀਕ ਆ, ਪਿਆਲੇ ਸੋਹਣੇ ਲਾ ਦੇ ਸਗੋ, ਚੱਲ ਲਸਣ ਛਿੱਲ ਲਈਏ ਫਟਾਫਟ, ਹਾਂਜੀ ਅਤੇ ਫਿਰ ਮੇਰੇ ਕੋਲ ਤਾਂ ਛੁਰੀ ਨਾਲ ਛਿੱਲਿਆ ਜਾਣ, ਟਮਾਟਰ ਮਿਰਚਾਂ ਭੱਜ ਲਿਆ ਕੇ ਆਉਣਗੇ, ਨਹੀਂ ਫਰਿੱਜ ਹੋਣੇ, ਅੱਛਾ ਵਾਲੇਕੁਮ ਸਲਾਮ ਬਿਸਮਿਲਾ, ਮੇਰੇ ਪੁੱਤ ਵੀ ਆ ਗਏ, ਫਰਿੱਜ ਹੋਣੇ ਆ ਮੈਂ ਦੇਖਦੀ ਹਾਂ, ਪਤੀਲਾ ਮੈਂ ਉੱਪਰ ਰੱਖ ਲਿਆ ਵਾ, ਟਮਾਟਰ ਮਿਰਚਾਂ ਲਸਣ ਔਰ ਪਿਆਜ਼, ਅਤੇ ਲਸਣ ਮੈਂ ਇੱਕ ਵਾਰ ਕੁੱਟਣਾ ਪੇਸਟ ਬਣਾਉਣਾ ਜੱਠੂ ਦੇ ਵਿੱਚ, ਆਲੂ ਵੀ ਮੈਂ ਕੱਟ ਲਿਆ, ਆਲੂ ਚਿਕਨ ਸ਼ੋਰਬਾ ਬਣਾਵਾਂਗੇ ਮਜ਼ਦੂਰਾਂ ਵਾਲਿਆਂ ਵਾਸਤੇ, ਅਤੇ ਇੱਥੇ ਮੈਂ ਪਾਉਂਦੀ ਹਾਂ ਘੀ, ਬਿਸਮਿਲ੍ਲਾਹਿ ਰਹਿਮਾਨ ਰਹੀਮ, ਘੀ ਪਾ ਲਿਆ, ਘੀ ਨੂੰ ਗਰਮ ਹੋਣ ਦਿੰਦੇ ਥੋੜ੍ਹਾ ਜਿਹਾ, ਚੁੱਲ੍ਹਾ ਪਹਿਲੇ ਪਾਉਂਦਾ ਸੀ ਹੋ ਗਿਆ, ਪਿਆਜ਼ ਪਾ ਲੈਂਦੇ ਹਾਂ, ਮਿਕਸ ਕਰਦੇ ਹਾਂ ਪਿਆਜ਼ ਨੂੰ, ਹਲਕਾ ਫਰਾਈ ਕਰਦੇ ਹਾਂ, ਅਤੇ ਨਾਲ ਨਾਲ ਮੈਂ ਇਹਦੇ ਪੇਸਟ ਵੀ ਬਣਾ ਲਾ, ਮੌਸਮ ਖਰਾਬ ਆ ਅੱਜ ਕੇ, ਫਟਾਫਟ ਚੱਲੀਆਂ ਨਾ ਰੋਟੀਆਂ ਪੱਕੀਆਂ, ਸੁਬਹ ਦੀ ਮਾੜੀ ਮਾੜੀ ਕਣੀਆਂ ਪੈਣ ਡੀਆਂ, ਤੇ ਉਤੋਂ ਨਾਲ ਸੁਬਹ ਦੀ ਧੁੱਪ ਵੀ ਨਹੀਂ ਹੋਈ, ਜਦੋਂ ਅਸੀਂ ਸਕੂਲੇ ਗਏ ਉਦੋਂ ਮੁੰਡਾ ਭੱਜ ਗਿਆ, ਸਾਨੂੰ ਇਹਦਾ ਸਾਰੀ ਹਨੇਰੀ ਆ ਗਈ, ਹਨੇਰੀ ਆ ਗਈ, ਸਾਰੇ ਦਰਵਾਜ਼ੇ ਬੰਦ ਕਰ ਲਓ, ਪਿਆਜ਼ ਹਲਕਾ ਫਰਾਈ ਹੋ ਗਿਆ, ਪੇਸਟ ਹੀ ਬਣਾਏਗਾ, ਪੇਸਟ ਪਾ ਲਿਆ, ਕਾਕਾ ਨਿੱਕਾ ਪਾਣੀ ਲਿਆ ਕੇ ਥੋੜ੍ਹਾ ਜਿਹਾ, ਥੋੜ੍ਹਾ ਜਿਹਾ
ਕਹਿੰਦੇ ਮੈਨੂੰ ਬਹੁਤਾ ਚੋਖੇ ਨਾਲ ਲਿਆਉਣਾ ਪੈਂਦਾ, ਥੋੜ੍ਹਾ ਜਿਹਾ ਚਿਕਨ ਵੀ ਧੋ ਲਿਆ, ਆਟਾ ਵੀ ਛਾਣ ਲਿਆ ਜੀ ਭਾਬੀ, ਧਨੀਆ ਵੀ ਮੈਂ ਕੱਟ ਲਿਆ ਵਾ, ਇਹਦੇ 'ਚ ਪਾਣੀ ਪਾ ਕੇ ਰੱਖਦੀ ਹਾਂ, ਅਤੇ ਬਸ ਸਵਰਾਂ ਨੇ ਧਨੀਆ ਭੇਜਿਆ ਵੀ ਰੋਟੀ ਪਕਾ ਰਹੀਆਂ ਵਾ, ਅਤੇ ਵਿੱਚ ਪਾ ਲੈਣਗੇ ਸਾਲਣ, ਆਲੂ ਵੀ ਵਿੱਚ ਪਾਉਂਗੇ, ਇਹਦੇ 'ਚ ਮੈਂ ਪੜਨੀ ਲੇਕਿਨ ਥੋੜ੍ਹੇ ਜਿਹੇ ਨਾ ਬਣਾਈ ਹੋਰ ਹੋ ਜਾਵੇ, ਫਿੱਟਾ ਲਾ ਲਵਾਂ ਪਾਣੀ ਦਾ। ਭਾਬੀ ਦੋ ਰੋਟੀਆਂ ਦਾ ਆਟਾ ਨਾ ਵੱਧ ਪਾ ਲਿਓ। ਅੱਛਾ ਸਹੀ ਹੈ, ਉਹਨਾਂ ਮੈਂ ਪਿਆਜ਼ ਦੇ ਲੈ ਕੇ ਜਾਣੀ ਹੈ, ਮੈਂ ਤਲੀ ਅਤੇ ਅੰਮੀ ਨੇ ਖਾਣੀ ਨਹੀਂ, ਉਹਨੇ ਚਾਵਲ ਨਹੀਂ ਖਾਧੇ। ਵੱਡੀ ਹੈਗੀ, ਮੈਂ ਤਾਂ ਕਹਿੰਦੀ ਵੱਡੀ ਕਰ ਲਾ, ਹਾਂ ਵੱਡੀ ਕਰ ਲਾ ਮੇਰੀ ਭੈਣ, ਹਾਂ ਫਾਇਦਾ। ਕਾਕਾ ਨਾ ਛੇੜ ਇਹਨੂੰ, ਖਰਾਬ ਹੋ ਜੂ, ਨਾ ਚਲਾਈ ਨਾ ਚਲਾਈ, ਬਹੁਤ ਸ਼ੋਰ ਆਉਣਾ ਤੇ ਖਰਾਬ ਹੋ ਜੂ ਬੱਦਲ, ਹੁਣ ਨਹੀਂ ਚੱਲਣਾ, ਹਾਏ ਚੋ ਖੁੱਲਾ ਗੁੰਜੂਗਾ। ਠੀਕ ਹੈ ਨਾ, ਥੋੜਾ ਵੀ ਪਾਵਾਂ ਹੋਵੇ, ਅੱਠ ਬੰਦੇ ਆ ਤੇ ਕਮ ਸੇ ਕਮ ਇੱਕ ਬੰਦੇ ਦੀ ਨਾ ਰੋਟੀ ਵੱਧ ਹੀ ਸਾਨੂੰ ਗੁੰਨਣੀ ਚਾਹੀਦੀ ਆ ਰੋਟੀ। ਹਾਂਜੀ ਆਈਸਕ੍ਰੀਮ ਖਾ ਖਾ ਵੀ ਅਸੀਂ ਬੋਲ ਵਾਵਾ ਇਕੱਠੇ ਕੀਤੇ, ਇਹਨਾਂ ਦਾ ਵੀ ਬਥੇਰਾ ਸੌਕ ਆ।
ਹਾਂਜੀ ਓਏ ਖਾਂਸੀ ਆ ਗਈ, ਅੱਲਾ ਮਾਫੀ ਦੇਈ। ਲਾਲ ਮਿਰਚਾਂ ਥੋੜੀਆਂ ਲੱਗਦੀਆਂ ਇਹਦੇ ਚ ਪਾਉਂਦੀ ਹਾਂ ਜੀ ਪੈਕੇਟ। ਬੋਡਰ ਮਸਾਲੇ ਪਾ ਕੇ ਬਣਾਈ ਕੀਤੀ ਆ, ਜਿਹੜਾ ਗੋਸ਼ਤ ਹੋ ਕੇ ਰੱਖਿਆ ਉਹ ਪਾ ਲਈ। ਭਾਬੀ ਇਹਨਾਂ ਦੇ ਨਸੀਬ ਦਾ ਗੋਸ਼ਤ ਮਿਲ ਗਿਆ, ਨਹੀਂ ਤਾਂ ਸ਼ਾਮੀ ਮਿਲਦਾ ਵੀ ਨਹੀਂ। ਹਾਂਜੀ ਮਿਕਸ ਕਰਦੇ ਹਾਂ 15 ਮਿੰਟ ਵਾਸਤੇ ਮਸਾਲੇ ਦੇ ਵਿੱਚ ਬਣਾਈ ਕਰੂੰਗੀ। ਬਣਾਈ ਕਰਕੇ ਦਰਮਿਆਨੀ ਅੱਗ 'ਤੇ ਫਿਰ ਅਸੀਂ ਵਿੱਚ ਆਲੂ ਪਾਵਾਂਗੇ। ਉਂਝ ਤੱਕ ਸਾਡਾ ਆਟਾ ਵੀ ਸੈੱਟ ਹੋ ਜਾਣਾ ਵਾ, ਫਿਰ ਅਸੀਂ ਰੋਟੀ ਪਕਾ ਲਾਂਗੇ ਫਟਾਫਟ। ਬਣ ਗਿਆ ਜੀ ਇੱਥੇ ਮੈਂ ਮੋਟੀ ਲਿਆ ਜੀ ਲੌਂਗ ਅਤੇ ਦਾਲਚੀਨੀ ਪਾ ਲਵਾਂ। ਆਟਾ ਗੁੰਨ ਕੇ ਭਾਬੀ ਨੇ ਰੱਖ ਲਿਆ ਵਾ, ਅਤੇ ਇਹ ਹੈਗਾ ਬਾਈਆਂ ਦਾ, ਹੁਣ ਘਰ ਵਾਸਤੇ ਭਾਬੀ ਗੁੰਨਣ ਲੱਗੇ ਆ। ਇਹ ਦੇਖ ਕਾਕਾ ਵੀ ਹੈਲਪ ਕਰਾ ਰਿਹਾ ਮੇਰੇ ਨਾਲ, ਕਾਕੇ ਕੋ ਚਮਚਾ ਫਿਰਦਾ ਹੈ ਨਹੀਂ। ਅੱਛਾ ਜੀ ਹੁਣ ਇੱਥੇ ਅਸੀਂ ਆਲੂ ਪਾ ਦਿਆਂਗੇ ਜਿਹੜੇ ਅਸੀਂ ਧੋ ਕੇ ਰੱਖੇ ਸੀ ਕੱਟ ਕੇ। ਲਿਆਉਣ ਮੇਰਾ ਪੁੱਤ ਮੈਂ ਫੇਰਾ, ਤੇਰੇ ਕੋਲ ਨਹੀਂ ਫਿਰਨਾ, ਡੁੱਲ ਜਾਣਾ ਬਾਹਰ ਮੇਰਾ ਕਾਕਾ। ਮਿਕਸ ਕਰ ਦਿੰਦੇ ਹਾਂ ਅਤੇ 10 ਮਿੰਟ ਵਾਸਤੇ ਅਸੀਂ ਬਣਾਈ ਹੋਰ ਕਰਾਂਗੇ।
ਬਣਾਈ ਹੋ ਗਈ ਅੱਛੀ ਤਰ੍ਹਾਂ, ਪਾਣੀ ਮੈਂ ਲੈ ਕੇ ਆਈ ਹਾਂ ਹੁਣ ਦੁੱਧ ਭਰ ਕੇ, ਪਾਣੀ ਪਾ ਦਿੰਦੇ ਹਾਂ ਅਤੇ ਹੁਣ ਅਸੀਂ ਰੋਟੀ ਪਕਾਉਣੀ ਹੈ, ਪਾਣੀ ਪਾ ਕੇ ਬੱਦਲ ਵੀ ਗੱਜਰ ਲੱਭ ਪਿਆ ਅੱਲ ਹੀ ਆ, ਇੰਨੇ ਬੰਦਿਆਂ ਦੀ ਸਿਲੰਡਰ 'ਤੇ ਤਾਂ ਪੱਕਦੀ ਨਹੀਂ ਹੈਗੀ, ਸਾਲਣ ਮੱਸੀ ਪਕਾਇਆ ਵਾ ਇੰਨੇ ਬੰਦਿਆਂ ਦਾ। ਮਿਕਸ ਕਰ ਲੈਂਦੇ ਹਾਂ ਅਤੇ ਪਾਣੀ ਚੰਗੀ ਤਰ੍ਹਾਂ ਅਸੀਂ ਪਕਾ ਲੈਂਦੇ ਹਾਂ, ਧਨੀਆ ਕੱਟਿਆ ਪਿਆ ਵਾ ਅਤੇ ਗਰਮ ਮਸਾਲਾ ਥੋੜ੍ਹਾ ਜਿਹਾ ਕੁੱਟ ਲੈਂਦੇ ਹਾਂ, ਕੁੱਟਿਆ ਨਹੀਂ ਹੈ ਅਤੇ ਉਹ ਵਿੱਚ ਪਾਵਾਂਗੇ, ਉੱਥੇ ਦੇ ਦਿੰਦੇ ਢੱਕਣਾ, ਭਾਜੀ ਨੇ ਇੱਕ ਵਾਰੀ ਮੈਂ ਪਾਣੀ ਦਿਖਾ ਦਿੰਦੀ ਹਾਂ। ਇੱਦਾਂ ਵੀ ਇੱਥੇ ਗ੍ਰੈਸ਼ਰ ਨਾਲ ਲੱਗਣ ਅਤੇ ਰੋਟੀਆਂ ਪਿੰਨਾਂ 'ਚ ਪੱਕਦੀਆਂ, ਤਾਂ ਅੱਧੀ ਰਾਤ ਹੋਵੇ ਰੋਟੀ ਜੇ ਪਕਾ ਕੇ ਦੇਣੀ ਪੈਂਦੀ, ਭਾਵੇਂ ਘਰ ਆਲੂ ਹੋਰ ਚਾਹੇ ਜੇ ਮਰਜ਼ੀ ਹੋਵੇ, ਕੁਛ ਹੋਣ ਦਵਾਈਆਂ ਰੋਟੀ 'ਤੇ ਦੇਣੀ ਪੈਂਦੀ ਹੈ ਨਾ। ਸ਼ੁਕਰ ਅਸੀਂ ਦੋਨਾਂ ਭੈਣਾਂ ਰਲ ਕੇ ਫਟਾਫਟ ਭਾਜੀ ਦੇ ਸਮਾਨ ਲਿਆ ਤਾ ਅਤੇ ਆਪਣਾ, ਹੁਣ ਪਹਿਲੇ ਪਤਾ ਨਹੀਂ ਸਾਡੇ ਲੱਗਣ ਲੱਗੀ ਕਿ ਤੁਹਾਡੇ, ਦੋਵਾਂ ਦੀਆਂ ਹੋ ਗਈਆਂ ਹੈ ਨਾ। ਹਾਂਜੀ, ਬਸ ਮੈਂ ਕਿਹਾ ਭਾਜੀ ਤੁਸੀਂ ਕਿਹੜੇ ਕਦੋਂ ਤਾਂ ਫਟਾਫਟ ਤੁਸੀਂ ਪਾਈ ਜਾਓ ਤਾਂ ਮੈਂ ਸਿੱਖ ਜਾਂਦੀ ਹਾਂ, ਤਾਂ ਫਿਰ ਇਹ ਨਾ ਉਸੇ ਤਾਂ ਮੈਂ ਨਾ ਪੂਰੇ ਆ ਜਾਂਦਾ ਇੱਥੇ, ਚੱਲ ਦੋ ਦੋ ਤਿੰਨ ਫਿਰ ਅੱਲਾ ਪਤਾ ਕਰੇ, ਹੁਣ ਭਾਜੀ ਮੈਂ ਵਾਰੀ ਲੈ ਕੇ ਆ ਕੜਾਈਆਂ ਗੁਰੂਆਂ ਬੱਚੂ ਦੂਰ ਦੂਰ ਕੇ ਇਹਦੇ ਨਾਲੇ ਵਜ਼ਨ ਨੇ ਚੱਕਣਾ ਹੈਗਾ ਚੱਲ ਆਂਟੀ ਲੰਬੀਆਂ ਨਾਲੇ ਆਈਦਾ ਬੱਦਲ ਗੱਜਣ ਦਿਆ ਵਾ, ਕਹਿੰਦੇ ਸਾਡੀ ਕਣਕ ਵੀ ਨਿਕਲ ਜਾਏ ਤੇ ਬੱਦਲ ਤੋਂ ਪਹਿਲਾਂ ਪਹਿਲਾਂ ਸਾਡੀ ਰੋਟੀ ਪੱਕ ਕੇ, ਇਹ ਨਾ ਹੋਵੇ ਵੀ ਆਪਣਾ ਮੰਮੀ ਕਹਿੰਦੀ ਸੀ ਸ਼ਾਮੀ ਹਵਾ ਨਾ ਥੋੜੀ ਪਿੱਛੇ ਟਾਈਮ ਰੋਕ ਗਿਆ ਵੀ ਗਰਮ ਹੋ ਗਈ ਨਾ। ਹਾਂਜੀ, ਫਿਰ ਕੋਈ ਟੈਨਸ਼ਨ ਨਹੀਂ, ਲਿਖੀ ਹੋਣੀ ਆ ਅਸੀਂ ਹੁਣ ਰੋਟੀ ਪਕਾ ਲਈਏ ਤੇ ਦੇਖ ਕੇ ਉਹਦਾ ਸ਼ਾਨ ਕਿਹੜੀ ਖੇਤ ਕਰਨਾ ਤੇ ਨਾਲੇ ਰੱਸੀ ਦੇ ਪਾਣੀ ਪਹਿਲੇ ਚਾਚੂ ਅਲੀ ਹੋਣਾ ਦੀ ਗਾਣੀ ਨਾ ਤੇ ਫਿਰ ਆਪਣੀ ਆਹ ਵਾਲੀ ਗਾਣੀ ਢੇਰ ਲੱਗਾ, ਫਿਰ ਉਹ ਟਰੈਕਟਰ ਘਰਾਂ ਦੇ ਅੱਗੇ ਨਾ, ਫਿਰ ਉਹ ਘਰਾਂ ਦੇ ਅੱਗੇ ਤੇ ਫਿਰ ਉੱਥੇ ਗਾਣੀ, ਫਿਰ ਬਾਅਦ 'ਚ ਘਰਾਂ ਦੇ ਅੱਗੇ ਗਾਣੀ, ਫਿਰ ਪਾਪਾ ਵੀ ਗਏ ਆ, ਚਾਚੂ ਵੀ ਗਏ ਆ ਤੇ ਨਾਲ ਫਰਹਾਨ ਅਲੀ ਵੀ ਗਿਆ ਵਾ। ਹਾਂਜੀ, ਉਧਰਲੇ ਸਾਈਡ ਤੇ ਹੀ ਹਜੇ ਆਏ ਨਹੀਂ, ਸ਼੍ਰੀਆਂ ਤੋਂ ਪੱਲੀ ਸਾਈਡ ਤੇ ਆ, ਉੱਥੇ ਵਿੱਚ ਹੀ ਹਜੇ ਖੜੇ, ਟਰਾਲੀ ਉਹਨਾਂ ਨੇ ਲਾਈ ਹਜੇ ਉਹਨਾਂ ਨੇ ਥ੍ਰੈਸ਼ਰ ਨਾਲ ਰੋੜ ਕੇ ਤੇ ਫਿਰ ਲਿਆਉਣੀ। ਤੂੰ ਆਈ ਪਹਿਲੇ ਕਿਹਦੀ ਗਾਉਣੀ ਰੋਟੀ ਪਕਾ ਕੇ ਢੱਕ ਲਈ ਆ ਤੇ ਇੱਥੇ ਹੁਣ ਅਸੀਂ ਪਾ ਲੈਂਦੇ ਹਰੀਆਂ ਧਨੀਆ, ਧਨੀਆ ਦੇ ਨਾਲ ਖਾ ਲੈਣ ਦਾ ਰੋਹ ਵੀ ਮੈਗਾ ਨਹੀਂ ਵੱਧ ਜਾਂਦਾ। ਥੋੜਾ ਜਿਹਾ ਗਰਮ ਮਸਾਲਾ ਪਾ ਲੈਂਦੇ ਹਾਂ, ਤੇ ਦੋ ਮਿੰਟ ਵਾਸਤੇ ਨਾ ਪਕਾ ਲੈਂਦੇ ਹਾਂ, ਫਿਰ ਸਾਡਾ ਖਾ ਲੈਣ ਹੋ ਜਾਣਾ ਤਿਆਰ। ਤੇ ਆਉਂਦੇ ਨਾ ਰੋਟੀ ਉਹਨਾਂ ਲੇਟ ਖਾਣੀ ਭਾਈਆਂ ਨੇ, ਕਿਉਂਕਿ ਇੱਕ ਸਾਈਡ 'ਤੇ ਤ੍ਰੈਸ਼ਰ ਲੱਗੀ ਹੈ, ਜਦੋਂ ਲੱਗ ਕੇ ਫਿਰ ਰੋਟੀ ਪਕਾ ਕੇ ਸਾਲਣ ਵੀ ਭੱਗ ਗਿਆ, ਰੋਟੀ ਵੀ ਭੱਗ ਗਈ, ਢੱਕ ਗਈ ਹੈ ਅਤੇ ਹੁਣ ਮੈਂ ਜਲਦੀ ਹਾਂ ਘਰ।
ਤੇ ਵਲੌਗ ਤਾਂ ਐਡ ਕਰ ਦਿੰਦੇ ਹਾਂ, ਅਗਰ ਵੀਡੀਓ ਸਾਡੀ ਬੈਡ ਪੈਕਿੰਗ ਅੱਛੀ ਲੱਗੇ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਸਾਰਿਆਂ ਦੀ ਫਾਈਨਲ ਲੁੱਕ। ਕਾਕਾ ਇੱਕ ਵਾਰੀ ਦਿਖਾ ਦਿੰਦੀ ਹੈ ਡੇਲੀ ਆ ਕੇ ਭੈਣਾਂ ਨੂੰ। ਦੇਖੋ ਜੀ ਧਨੀਏ ਨਾਲ ਸਾਲਣ ਦੀ ਸ਼ਾਨ ਬਣਦੀ। ਅੱਲਾ ਹਾਫਿਜ਼, ਅੱਲਾ ਹਾਫਿਜ਼।